ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਘੱਟ ਨਹੀਂ ਰਹੇ ਤੇ ਦੂਸਰੇ ਪਾਸੇ ਉਸਦੇ ਲੀਡਰ ਜਿਹਾ ਜਿਹਾ ਕੰਮ ਕਰ ਦਿੰਦੇ ਆ ਜਿਸ ਤੋਂ ਬਾਅਦ ਨਮੋਸ਼ੀ ਅਕਾਲੀ ਦਲ ਨੂੰ ਝੱਲਣੀ ਪੈਂਦੀ ਆ। ਤੁਹਾਨੂੰ ਯਾਦ ਹੀ ਹੋਵੇਗਾ ਕਿ ਕੁਝ ਦੇਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਗੁਰਦਾਸਪੁਰ ਦੇ ਵਿੱਚ ਜਿਮੀ ਇਲੈਕਸ਼ਨ ਲੜਿਆ ਜਾ ਰਿਹਾ ਸੀ, ਕਾਂਗਰਸ ਦੀ ਸਰਕਾਰ ਸੀ ਅਤੇ ਸੁਨੀਲ ਜਾਖੜ ਇਲੈਕਸ਼ਨ ਲੜ ਰਹੇ ਸੀ। ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਨਤਕ ਕੀਤੀ ਜਾਂਦੀ ਆ ਜਿਸ ਦੇ ਵਿੱਚ ਅਕਾਲੀ ਦਲ ਦਾ ਵੱਡਾ ਲੀਡਰ ਗੁਰਦਾਸਪੁਰ ਤੋਂ ਸੁੱਚਾ ਸਿੰਘ ਲੰਗਾਹ ਆਪੱਤੀਜਨਕ ਹਾਲਤ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਕਾਲੀ ਦਲ ਉੱਥੇ ਸ਼ੀਟ ਵੀ ਗਵਾਉਂਦੀ ਆ ਅਤੇ ਉਸਦੇ ਨਾਲ ਨਾਲ ਅਕਾਲੀ ਦਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਹਾਸ਼ੀਏ 'ਤੇ ਚਲੀ ਜਾਂਦੀ ਆ ਅਤੇ ਹੁਣ ਫਿਰ ਸੁੱਚਾ ਸਿੰਘ ਲੰਗਾਹ ਚਰਚਾ ਦੇ ਵਿੱਚ ਆ। ਚਰਚਾ ਦੇ ਵਿੱਚ ਉਸੇ ਦੇ ਹੀ ਜਿਹੜਾ ਪਾਰਟੀ ਦੇ ਲੀਡਰ ਨੇ ਕੀਤਾ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਸੀ ਬਾਅਦ ਦੇ ਵਿੱਚ ਖਾਰਜ ਕੀਤਾ ਗਿਆ ਅਤੇ ਦੋ ਵਾਰ ਮਿਨਿਸਟਰ ਵੀ ਰਿਹਾ, ਉਸਦੇ ਵੱਲੋਂ ਇੱਕ ਹੋਰ ਜਿਹੜਾ ਚੰਦ ਚੜ੍ਹਾ ਦਿੱਤਾ ਗਿਆ, ਉਹ ਚੰਦ ਇਹ ਚੜ੍ਹਾਇਆ ਗਿਆ ਕਿ ਉਸਦੇ ਵੱਲੋਂ ਇੱਕ ਹੋਰ ਵਿਆਹ ਕਰਵਾਇਆ ਗਿਆ, ਜਿਸ ਤੋਂ ਬਾਅਦ ਹਰ ਪਾਸੇ ਸੁੱਚੇ ਲੰਗਾਹ ਦੀ ਚਰਚਾ ਹੋ ਰਹੀ ਹੈ। ਆਰੋਪ ਲਗਾਏ ਆ ਰਵੀਕਰਨ ਸਿੰਘ ਕਾਹਲੋਂ ਨੇ ਆਪਣੀ ਸਪੀਚ ਦੇ ਵਿੱਚ।